ਸਾਹਮਣੇ ਬੈਠੇ ਨੇ ਟੋਪੀ ਲਈ ਹੋਈ ਆ ਡਾਕਟਰ ਗੁਰਿੰਦਰ ਸਿੰਘ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਨ ਲਈ ਲਿਆ ਜਾ ਰਿਹਾ ਪ੍ਰਾਈਵੇਟ ਗੱਡੀ ਮਗਰ ਲਾ ਦੋ ਸਾਹਮਣੇ ਕੋਈ ਵੀ ਗੱਲ ਨਹੀਂ ਕਰ ਰਹੇ ਹਾਂਜੀ ਕਿਵੇਂ ਮਹਿਸੂਸ ਹੋ ਰਿਹਾ ਸਰ ਕਿੰਨੇ ਦਿਨਾਂ ਦਾ ਰਿਮਾਂਡ ਮਿਲਿਆ ਜੀ 2 ਦਿਨ ਦਾ 2 ਦਿਨ ਦਾ ਜੀ ਰੰਗਰੇਟਾ ਜੀ ਕੀ ਕਹਿਣਾ ਚਾਹੋਗੇ ਸਰ ਸਰ ਕਿੰਨੇ ਦਿਨਾਂ ਦਾ ਕੀ ਰਿਮਾਂਡ ਮਿਲਿਆ ਕਿਸ ਤਰੀਕੇ ਦੇ ਨਾਲ ਜਿਹੜਾ 2 ਦਿਨ ਦਾ ਹਾਂਜੀ ਦੇਖ ਸਕਦੇ ਹੋ ਕੋਈ ਵੀ ਬਿਆਨ ਨਹੀਂ ਦਿੱਤਾ ਜਾ ਰਿਹਾ ਕੋਈ ਵੀ ਗੱਲਬਾਤ ਨਹੀਂ ਕਰ ਰਹੇ ਸਾਹਮਣੇ ਬੈਠੇ ਨੇ ਟੋਪੀ ਲਈ ਹੋਈ ਆ ਡਾਕਟਰ ਗੁਰਿੰਦਰ ਸਿੰਘ ਨੇ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਨ ਲਈ ਲਿਆ ਜਾ ਰਿਹਾ ਪ੍ਰਾਈਵੇਟ ਗੱਡੀ ਮਗਰ ਲਾ ਦੋ ਸਾਹਮਣੇ ਕੋਈ ਵੀ ਗੱਲ ਨਹੀਂ ਕਰ ਰਹੇ ਹਾਂਜੀ ਕਿਵੇਂ ਮਹਿਸੂਸ ਹੋ ਰਿਹਾ ਸਰ ਕਿੰਨੇ ਦਿਨਾਂ ਦਾ ਰਿਮਾਂਡ ਮਿਲਿਆ ਜੀ 2 ਦਿਨ ਦਾ 2 ਦਿਨ ਦਾ ਜੀ ਰੰਗਰੇਟਾ ਜੀ ਕੀ ਕਹਿਣਾ ਚਾਹੋਗੇ ਰੰਗਰੇਟਾ ਜੀ ਕੀ ਕਹਿਣਾ ਚਾਹੋਗੇ ਸਰ ਸਰ ਕਿੰਨੇ ਦਿਨਾਂ ਦਾ ਕੀ ਰਿਮਾਂਡ ਮਿਲਿਆ ਕਿਸ ਤਰੀਕੇ ਦੇ ਨਾਲ ਜਿਹੜਾ 2 ਦਿਨ ਦਾ ਹਾਂਜੀ ਦੇਖ ਸਕਦੇ ਹੋ ਕੋਈ ਵੀ ਬਿਆਨ ਨਹੀਂ ਦਿੱਤਾ ਜਾ ਰਿਹਾ ਕੋਈ ਵੀ ਗੱਲਬਾਤ ਨਹੀਂ ਕਰ ਰਹੇ ਸਾਹਮਣੇ ਬੈਠੇ ਨੇ ਟੋਪੀ ਲਈ ਹੋਈ ਆ ਡਾਕਟਰ ਗੁਰਿੰਦਰ ਸਿੰਘ ਨੇ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਨ ਲਈ ਲਿਆ ਜਾ ਰਿਹਾ ਪ੍ਰਾਈਵੇਟ ਗੱਡੀ ਮਗਰ ਲਾ ਦੋ ਸਾਹਮਣੇ ਕੋਈ ਵੀ ਗੱਲ ਨਹੀਂ ਕਰ ਰਹੇ ਹਾਂਜੀ ਕਿਵੇਂ ਮਹਿਸੂਸ ਹੋ ਰਿਹਾ ਸਰ ਕਿੰਨੇ ਦਿਨਾਂ ਦਾ ਰਿਮਾਂਡ ਮਿਲਿਆ ਜੀ 2 ਦਿਨ ਦਾ 2 ਦਿਨ ਦਾ ਜੀ
ਬਾਹਰ ਨਿਕਲੇ ਆ ਪੇਸ਼ੀ ਤੋਂ ਬਾਹਰ ਰੰਗਰੇਟਾ ਜੀ ਕੀ ਕਹਿਣਾ ਚਾਹੋਗੇ ਰੰਗਰੇਟਾ ਜੀ ਕੀ ਕਹਿਣਾ ਚਾਹੋਗੇ ਸਰ ਸਰ ਕਿੰਨੇ ਦਿਨਾਂ ਦਾ ਕੀ ਰਿਮਾਂਡ ਮਿਲਿਆ ਕਿਸ ਤਰੀਕੇ ਦੇ ਨਾਲ ਜਿਹੜਾ ਦੋ ਦਿਨ ਦਾ ਮਿਲਿਆ ਹਾਂਜੀ